ਪੰਜਾਬ ਪੁਲਿਸ ਦੇ ਵੱਲੋਂ ਗੈਂਗਸਟਰਾਂ ਬਦਮਾਸ਼ਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਹੈ ਫਿਰ ਚਾਹੇ ਬਨੂੜ ਦੇ ਵਿੱਚ 12 ਘੰਟੇ ਦੇ ਅੰਦਰ ਅੰਦਰ ਜਿਹੜੇ ਬਦਮਾਸ਼ ਨੇ ਉਹ ਫੜੇ ਜਾਂਦੇ ਨੇ ਇਨਕਾਊਂਟਰ ਹੁੰਦਾ ਹੁੰਦਾ ਜਾਂ ਵਿਦੇਸ਼ ਦੇ ਵਿੱਚ ਬੈਠੇ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਵੱਲੋਂ ਫਰौती ਮੰਗਣ ਦਾ ਮਾਮਲਾ ਤਾਜ਼ਾ ਮਾਮਲਾ ਪਟਿਆਲਾ ਪੁਲਿਸ ਦੇ ਵੱਲੋਂ ਇੱਕ ਵਾਰ ਫੇਰ ਸਾਹਮਣੇ ਆਇਆ ਜਿਸ ਦੇ ਵਿੱਚ ਪੁਲਿਸ ਨੇ ਗੋਲਡੀ ਬਰਾੜਾ ਤੇ ਲਾਰੈਂਸ ਗੈਂਗ ਦੇ ਜਿਹੜੇ ਗੁਰਗੇ ਸੀਗੇ ਉਹਨਾਂ ਨੂੰ ਅਸਲੇ ਦੇ ਨਾਲ ਗ੍ਰਿਫਤਾਰ ਕੀਤਾ ਪੂਰੀ ਟੀਮ ਹੈ ਐਸਐਸਪੀ ਵਰੁਣ ਸ਼ਰਮਾ ਨੇ ਤੇ ਨਾਲ ਐਸਪੀ ਸਰਫਰਾਜ਼ ਾਲਮ ਨੇ ਡੀਐਸਪੀ ਸਾਹਮਣੇ ਤੇ ਜਿਹੜੀ ਰਾਜਪੁਰਾ ਦੀ ਪੁਲਿਸ ਆ ਜਾਂ ਸ਼ਮਿੰਦਰ ਸਿੰਘ ਨੇ ਸੀਆਈਏ ਦੇ ਇੰਚਾਰਜ ਉਹਨਾਂ ਦੀ ਟੀਮ ਨੇ ਇਸ ਪੂਰੇ ਜਿਹੜੀ ਘਟਨਾ ਦੇ ਅੰਜਾਮ ਦੇਣ ਵਾਲੇ ਲੋਕ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਸ਼ਰਮਾ ਜੀ ਨਾਲ ਗੱਲ ਕਰ ਲੈਣੇ ਆ ਵਰਮ ਜੀ ਕਿਸ ਤਰ੍ਹਾਂ ਦੇ ਗੈਂਗਸਟਰ ਸੀ ਕਿਹੜੇ ਗੈਂਗ ਨਾਲ ਜੁੜੇ ਸੀ ਤੇ ਕੀ ਕੀ 범ਾਦੀ ਹੋਈ ਹੈ ਦੇਖੋ ਮਨੋਜ ਜੀ ਜਿਹੜਾ ਬਾਹਰ ਬੈਠਾ ਗੈਂਗਸਟਰ 골ਡੀ ਬਰਾੜ ਆ ਉਹਦਾ ਮੇਨ ਜਿਹੜਾ ਸਾਥੀ ਆ 골ਡੀ ਢਿੱਲੋਂ 골ਡੀ ਰਾਜਪੁਰਾ ਜੀ ਜਿਹੜਾ ਯੂਐਸਏ ਬੇਸਡ ਆ ਉਨੇ ਰਾਜਪੁਰਾ ਸ਼ਹਿਰ ਦੇ ਇੱਕ ਬੜੇ ਨਾਮੀ ਵਪਾਰੀ ਨੂੰ 50 ਲੱਖ ਰੁਪਏ ਦੀ ਫਰੋਤੀ ਦੀ ਕਾਲ ਕੀਤੀ ਸੀ ਬੜਾ ਹੀ ਵਪਾਰੀ ਪਰਿਵਾਰ ਜਿਹੜਾ ਡਰ ਗਿਆ ਸੀ ਉਹਨਾਂ ਦਾ ਨਾਮ ਮੈਂ ਗੁਪਤ ਰੱਖਣਾ ਚਾਹਾਂਗਾ ਪਰ ਉਹਨਾਂ ਨੇ ਹੌਸਲਾ ਕਰਕੇ ਸਾਨੂੰ ਅਪਰੋਚ ਕੀਤਾ ਐਂਡ ਬੜੀ ਮਿਹਨਤ ਨਾਲ ਮੇਰੀ ਸਾਰੀ ਟੀਮ ਨੇ ਬੜਾ ਟੈਕਨੀਕਲੀ ਇਸ ਵਾਰਦਾਤ ਨੂੰ ਡਿਟੈਕਟ ਕਰਦੇ ਹੋਏ ਅੱਗੇ ਜਿਹੜੇ ਤਿੰਨੇ ਦੋਸ਼ੀ ਸੀਗੇ ਉਹ ਅਰੈਸਟ ਕਰ ਲਏ ਜਿਹੜੇ 골ਡੀ ਢਿੱਲੋਂ ਦੇ ਇਸ਼ਾਰਿਆਂ ਤੇ ਜਿਨ੍ਹਾਂ ਨੇ ਅੱਗੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਮੈਂ ਸਮਝਦਾ ਹਾਂ ਕਿ ਇਸ ਵਾਰਦਾਤ ਨੂੰ ਟ੍ਰੇਸ ਕਰਕੇ ਇੱਕ ਤੇ ਵਪਾਰੀ ਵਰਗ ਨੂੰ ਜਿੱਥੇ ਅਸੀਂ ਉਹਨਾਂ ਦਾ ਭਰੋਸਾ ਵੀ ਜਿੱਤਣ 'ਚ ਕਾਮਯਾਬ ਹੋਏ ਹਾਂ ਤੇ ਦੂਜਾ ਗੈਂਗਸਟਰਾਂ ਨੂੰ ਇੱਕ ਬੜਾ ਸਖਤ ਸੁਨੇਹਾ ਆ ਕਿ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਕਿ ਐਕਸਟਰਸ਼ਨ ਕੌਲਾਂ ਪ੍ਰਤੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਤੇ ਮੈਂ ਸਾਰੇ ਗੈਂਗਸਟਰਾਂ ਅੰਸਰਾਂ ਨੂੰ ਇੱਕ ਸਖਤ ਸੁਨੇਹਾ ਦੇਣਾ ਚਾਹੁੰਦਾ ਹਾਂ ਜੇਕਰ ਉਹ ਸੋਚਦੇ ਆ ਕਿ ਪਟਿਆਲੇ 'ਚ ਐਕਸਟਰੈਕਸ਼ਨ ਕਾਲ ਕਰਕੇ ਰੰਗਦਾਰੀ ਵਸੂਲਣ 'ਚ ਕਾਮਯਾਬ ਹੋਣਗੇ ਤੇ ਉਹਦੀ ਕੋਈ ਗੁੰਜਾਇਸ਼ ਨਹੀਂ ਹੈਗੀ ਜਦੋਂ ਹੀ ਸਾਨੂੰ ਇਤਲਾਹ ਹੋਊਗੀ ਅਸੀਂ ਨਾਲ ਦੇ ਨਾਲ ਕਾਰਵਾਈ ਕਰਕੇ ਉਹਨੂੰ ਟ੍ਰੇਸ ਵੀ ਕਰਾਂਗੇ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੇ ਐਕਸੋਰਸ਼ਨ ਕਾਲ ਕਰਦੇ ਉਹਨਾਂ ਦੇ ਖਿਲਾਫ ਕੀਤੀ ਜਾ। ਸਰ ਕੀ ਲੱਗਦਾ ਹੈ ਲਾਰੈਂਸ ਬਿਸ਼ਨੋਈ ਤੇ ਜਿਹੜਾ ਗੋਲਡੀ ਬਰਾੜ ਇੱਕ ਵੱਡਾ ਨਾਮ ਨੇ ਅਪਰਾਧ ਦੀ ਦੁਨੀਆ ਦਾ ਤੇ ਗੋਲਡੀ ਢਿੱਲੋਂ ਨਾਲ ਹੋ ਗਿਆ ਤਿੰਨ ਹੋ ਗਏ ਤੇ ਉਹਨਾਂ ਦੇ ਵੱਲੋਂ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿ ਉਹਨਾਂ ਨੇ ਫਰੋਤੀ ਮੰਗੀ। ਕੀ ਲੱਗਦਾ ਹੈ ਕਿ ਜਦੋਂ ਗੁਰਗੇ ਫੜੇ ਗਏ ਨੇ ਤਾਂ ਪਟਿਆਲਾ ਪੁਲਿਸ ਨੂੰ ਤਾਂ ਸਫਲਤਾ ਮਿਲੀ ਹੈ। ਉੱਥੇ ਵੀ ਇੱਕ ਸੰਦੇਸ਼ ਜਾਊਗਾ ਕਿ ਜੇਕਰ ਕੋਈ ਇਸ ਤਰ੍ਹਾਂ ਵਪਾਰੀਆਂ ਨੂੰ ਚਾਹੇ ਪਟਿਆਲਾ ਹੋਵੇ ਜਾਂ ਰਾਜਪੁਰਾ ਹੋਵੇ ਇਸ ਤਰ੍ਹਾਂ ਧਮਕੀ ਦੇਊਗਾ ਤਾਂ ਉਹਦਾ ਅੰਜ ਪਤਾ ਵੀ ਕੀ ਕਰਨਾ ਦੇਖੋ ਬੀਤੇ ਦਿਨੀ ਵੀ ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਦੋ ਥਾਵਾਂ ਤੇ ਫਾਇਰਿੰਗ ਕਰਨ ਵਾਲੇ ਗੈਂਗਸਟਰਾਂ ਦਾ ਬਨੂੜ ਏਰੀਆ 'ਚ ਐਨਕਾਊਂਟਰ ਹੋਇਆ ਸੀ ਉਸ ਤੋਂ ਬਾਅਦ ਹੁਣ ਇਹ ਫਿਰੋਤੀ ਕਾਲ ਨੂੰ ਟਰੇਸ ਕਰਕੇ ਅਸੀਂ ਜਿਹੜੇ ਤਿੰਨੇ ਮੇਨ ਉਹਨਾਂ ਦੇ ਗੁਰਗੇ ਨੇ ਉਹ ਅਰੈਸਟ ਕੀਤੇ ਜਿਹੜੇ ਬਾਹਰ ਗੈਂਗਸਟਰ ਬੈਠੇ ਆ ਉਹਨਾਂ ਨੇ ਅੱਗੇ ਵਾਰਦਾਤ ਤੇ ਆਪਣੇ ਇਹਨਾਂ ਫੁੱਟ ਸੋਲਜਰਾਂ ਤੋਂ ਹੀ ਕਰਾਣੀ ਸੀ ਤੇ ਅਸੀਂ ਲਗਾਤਾਰ ਇਹ ਚੀਜ਼ ਇਨਸ਼ੋਰ ਕਰਾਂਗੇ ਕਿ ਇੱਕ ਤੇ ਕੋਈ ਵਾਰਦਾਤ ਨਾ ਹੋਵੇ ਤੇ ਜੇਕਰ ਕੋਈ ਕਾਲ ਆਂਦੀ ਆ ਤੇ ਸਖਤ ਤੋਂ ਸਖਤ ਜਿਹਨੂੰ ਐਗਜ਼ੈਂਪਲਰੀ ਐਕਸ਼ਨ ਉਹ ਲਿਆ ਜਾਵੇ ਤਾਂ ਕਿ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾ ਸਕੇ। ਸ਼ਰਮਨਜੀ ਜੀ ਜਿਹੜੇ ਤਿੰਨ ਗੁਰਗੇ ਫੜੇ ਗਏ ਨੇ ਉਹਨਾਂ ਦਾ ਅਪਰਾਧਿਕ ਰਿਕਾਰਡ ਪਹਿਲਾਂ ਵੀ ਹੈਗਾ ਤੇ ਉਹਨਾਂ ਤੋਂ ਬਰਾਮਦ ਕੀ ਕੀ ਹੋਇਆ ਹੈ? ਦੇਖੋ ਇੱਕ ਵਧੀਆ ਕੁਆਲਿਟੀ ਦਾ 32 ਬੋਰ ਦਾ ਪਿਸਤਲ ਬਰਾਮਦ ਹੋਇਆ ਹੈ ਜਿਸ ਦਿਨ ਹੀ ਉਹਨਾਂ ਨੇ ਅੱਗੇ ਕਿਸੇ ਵਰਤ ਦਾ ਨੂੰ ਅੰਜਾਮ ਦੇਣਾ ਸੀ ਤੇ ਇਹਨਾਂ ਚੋਂ ਦੋ ਦੋਸ਼ੀਆਂ ਦਾ ਜਿਹੜਾ ਅਪਰਾਧਿਕ ਪਿਸ਼ੋਕੜ ਵੀ ਆ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਹੁਣ ਇਹ ਅੱਗੇ ਕਿਸੇ ਵਰਤ ਦਾ ਨੂੰ ਅੰਜਾਮ ਦੇਣ ਜੋਗ ਨਾ ਰਹਿ ਜਾਣ। ਜੀ ਥੈਂਕ ਯੂ। ਸੋ ਐਸਐਸਪੀ ਵਰੁਣ ਸ਼ਰਮਾ ਨੇ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਉਸ ਮਕਸਦ ਨੂੰ ਇੱਕ ਵਾਰੀ ਫੇਰ ਦੱਸਿਆ ਹੈ ਕਿ ਜੇਕਰ ਗੈਂਗਸਟਰ ਪੰਜਾਬ ਦੇ ਵਿੱਚ ਜਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨਗੇ ਤਾਂ ਪਟਿਆਲਾ ਪੁਲਿਸ ਤੋਂ ਬਚ ਨਹੀਂ ਸਕਣਗੇ ਪਟਿਆਲਾ ਤੋਂ ਕੈਮਰਾਮੈਨ ਅੰਗਰੇਜ਼ ਦੇ ਨਾਲ ਮਨੋਜ ਸ਼ਰਮਾ న్యూਸ 18 ਪੰਜਾਬ